ਡੈਮੋਕ੍ਰੈਟਿਕ ਟੀਚਰ ਫਰੰਟ ਪੰਜਾਬ ਵੱਲੋਂ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੀ ਹਮਾਇਤ ਨਾਲ ਬਠਿੰਡਾ ਵਿਖੇ ਸਰਕਾਰ ਦੀਆਂ ਅਧਿਆਪਕ ਮਾਰੂ ਨੀਤੀਆਂ ਦੇ ਖਿਲਾਫ ਮੋਟਰਸਾਈਕਲ ਮਾਰਚ ਕੱਢ ਕੇ ਆਪਣਾ ਰੋਸ ਪ੍ਰਗਟ ਕੀਤਾ। ਬਠਿੰਡਾ ਵਾਂਗ ਇਹ ਰੋਸ ਪ੍ਰਦਰਸ਼ਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੀ ਆੜ ਵਿੱਚ ਸਰਕਾਰ ਜਨਤਕ ਖੇਤਰਾਂ ਨੂੰ ਵਪਾਰਕ ਘਰਾਣੇ ਦੇ ਹੱਥਾਂ ਵਿੱਚ ਦੇ ਕੇ ਨਿੱਜੀਕਰਨ ਦਾ ਰਾਹ ਪੱਧਰਾ ਕਰ ਰਹੀ ਹੈ। ਇਸ ਤੋਂ ਇਲਾਵਾ ਅਧਿਆਪਕਾਂ ਤੋਂ ਬੇਲੋੜਾ ਕੰਮ ਲਿਆ ਜਾ ਰਿਹਾ, ਉਹਨਾਂ ਨੂੰ ਸਿੱਖਿਆ ਤੋਂ ਵਾਂਝਾ ਕੀਤਾ ਜਾ ਰਿਹਾ। ਅਧਿਆਪਕ ਆਗੂ ਰੇਸ਼ਮ ਸਿੰਘ ਨੇ ਰੇਡੀਓ ਪੰਜਾਬ ਟੂਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੇ ਸਰਕਾਰ ਦੇ ਮਾਰੂ ਫੈਸਲਿਆਂ ਦੇ ਖਿਲਾਫ਼ ਸੜਕਾਂ 'ਤੇ ਉਤਰਨ ਦਾ ਫੈਸਲਾ ਕੀਤਾ। ਅਸੀਂ ਅੱਜ ਪੂਰੇ ਪੰਜਾਬ ਲੈਵਲ 'ਤੇ ਡੈਮੋਕ੍ਰੇਟ ਟੀਚਰਸ ਫਰੰਟ ਵੱਲੋਂ ਸਾਥੀ ਦਿਗਵਿਜੇਪਾਲ ਸ਼ਰਮਾ ਜੀ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਮੋਟਰਸਾਈਕਲ ਮਾਰਚ ਕੀਤੇ ਆ। ਸਾਡੀਆਂ ਮੰਗਾਂ ਜਿਹੜੀਆਂ ਇਹ ਆ ਕਿ ਹਕੂਮਤ ਨੇ, ਪੰਜਾਬ ਦੀ ਕੈਪਟਨ ਸਰਕਾਰ ਨੇ ਅਧਿਆਪਕਾਂ ਦੇ ਮੁਲਾਜ਼ਮਾਂ ਦੇ ਮੋਬਾਈਲ ਭੱਤਿਆਂ 'ਤੇ ਕਟੌਤੀਆਂ ਲਾਈਆਂ, ਤਨਖਾਹ ਕਟੌਤੀ ਦੀਆਂ ਪ੍ਰਪੋਜ਼ਲਾਂ ਬਣਾ ਰਹੀਆਂ, ਡੀ ਏ ਦੀਆਂ ਕਿਸ਼ਤਾਂ ਦੱਬੀਆਂ ਹੋਈਆਂ, ਪੇ ਕਮਿਸ਼ਨ ਦੀ ਕੋਈ ਵਾਇਤਾ ਹੀ ਨਹੀਂ। ਦੂਜੇ ਪਾਸੇ ਆਪਦੇ ਆ ਜਿਹੜੇ ਮੰਤਰੀ ਆ ਉਹ 15-15 ਹਜ਼ਾਰ ਮੋਬਾਈਲ ਭੱਤਾ ਲੈ ਰਹੇ ਆ। ਜੇ ਕਟੌਤੀਆਂ ਕਰਨੀਆਂ ਆਪਦੇ ਵਾਲੇ ਪਾਸੇ ਨੂੰ ਕੋਈ ਕਟੌਤੀਆਂ ਨਹੀਂ ਕੀਤੀਆਂ। ਜੇ ਲੋਕਾਂ 'ਤੇ ਹੀ ਭਾਰ ਪਾਇਆ ਜਾ ਰਿਹਾ, ਕਰੋਨਾ ਦੇ ਬਹਾਨੇ ਲੋਕਾਂ ਨੂੰ ਅੰਦਰ ਵਾੜਿਆ ਹੋਇਆ, ਜ਼ਬਾਨਬੰਦੀ ਕੀਤੀ ਹੋਈ ਆ। ਇਹ ਕਰੋਨਾ ਦਾ ਇਹਨਾਂ ਨੂੰ ਨਿਆਮਤ ਟੱਕਰੀ ਹੋਈ ਆ ਕਿ ਲੋਕਾਂ ਦੀ ਜ਼ਬਾਨਬੰਦੀ ਕਰਕੇ ਇਹਨਾਂ ਨੂੰ ਤਾਂ ਅੰਦਰ ਵਾੜ ਦਿਓ, ਆਪਦੇ ਜਿਹੜੇ ਏਜੰਡੇ ਆ ਸਰਕਾਰੀ ਮਹਿਕਮੇ ਇਹਨਾਂ ਨੂੰ ਪ੍ਰਾਈਵੇਟ ਕਰਨ ਦਾ ਏਜੰਡਾ, ਇਹਨੂੰ ਜਲਦੀ ਤੋਂ ਜਲਦੀ ਲਾਗੂ ਕਰ ਦਿਓ। ਇਹਨਾਂ ਦੀ ਪਾਲਿਸੀ ਆ, ਅਸੀਂ ਇਹਨੂੰ ਬਿਲਕੁਲ ਕਾਮਯਾਬ ਨਹੀਂ ਹੋਣ ਦੇਵਾਂਗੇ। ਬਠਿੰਡਾ ਤੋਂ ਲਵਦੀਪ ਸਿੰਘ ਸਿੱਧੂ ਅਤੇ ਨਾਲ ਕੈਮਰਾਮੈਨ ਜਗਤਾਰ ਸਿੰਘ ਗਿੱਲ ਦੀ ਰਿਪੋਰਟ।